ਹੰਸ ਸਿੰਧ ਦੇ ਬੇਟਨ ਤੇ ਕਬਜ਼ੇ ਕਰਨ ਲਈ ਨਿਕਤੋ ਸਜੀ ਸਿੰਧ ਸਰਾਪਾਇ ਜਾ ਜਾ ਛੋ ਤਾਂ ਅਸਾਂ ਸਮਝੂ ਤਾਂ ਤ ਸਿੰਧ ਦੇ ਮਾਣੂ ਪੰਜੇ ਕੌਮੀ ਮਫਾਦਨ ਐ ਪੰਜੇ ਵਸੀਲਨ ਜੇ ਹਵਾਲੇ ਸਾ ਇੰਤਿਹਾਈ ਹਿਸਾਸ ਆ ਐ ਜਦੋਂ ਸਿੰਧ ਦੇ ਪਾਣੀ ਤੇ ਦਾੜੇ ਲਗਣ ਦੀ ਕੋਸ਼ਿਸ਼ ਕੀ ਥੀ ਹੁਜੇ ਸਿੰਧ ਦੇ ਵਦਾਨਤ ਦੇ ਖਿਲਾਫ ਸਾਜ਼ਿਸ਼ ਥੀ ਹੁਜੇ ਸਿੰਧ ਕੇ ਕੂੜੀ ਆਦਮਸ਼ੁਮਾਰੀ ਦੇ ਜ਼ਰੀਏ ਅਦਦੀ ਤੌਰ ਤੇ ਘਟ ਜਾਣਾ ਹੋਜੇ ਤਦ ਸਿੰਧ ਦੇ ਮਾਣੂ ਪੰਜੇ ਇਤਮਾਈ ਸ਼ੌਰ ਜੋ ਮੁਜ਼ਾਹਿਰੋ ਕੇਵਾ ਅਸਾਂ ਸਮਝੂ ਤਾਂ ਤਹੀ ਜੇਕੋ ਸਦਾਰਤੀ ਆਰਡੀਨੈਂਸ ਸਿੰਧ ਦੇ ਸਾਮੂਹਰੀ ਬੇਟਨ ਤੇ ਕਬਜ਼ੇ ਦੇ ਖਿਲਾਫ ਨਿਕਤੋ ਆ ਉਹਨੇ ਵੀ ਪੀਪਲਸ ਪਾਰਟੀ ਬਰਾਬਰ ਜੀ ਸ਼ਰੀਕ ਆ ਪੀਪਲਸ ਪਾਰਟੀ ਜੋ ਜ਼ਰਦਾਰੀ ਚਾਈਨਾ ਜੇ ਸਫੀਰ ਸਾਂ ਮਿਲੀ ਉਹਨਾਂ ਐਨ ਓ ਸੀ ਨਹੀਂ ਆ ਬੇਟਨ ਤੇ ਤਾਮੀਰ ਲਾਏ ਕੱਲ੍ਹ ਜਿਹੜੇ ਸਾਮੂਹਰੀ ਬੇਟਨ ਤੇ ਅਸਾਂਜਾ ਕੌਮਪਰਸ ਦੋਸਤ ਵਿਆਹ ਨਹੀਂ ਮਾਗੀਰ ਵਿਆਹ ਉਤੇ ਉਹਨਾਂ ਨੇ ਮਹਿਸੂਸ ਕੀਤਾ ਤਾਂ ਇਹ ਆਰਡੀਨੈਂਸ ਤਾਂ ਬਾਅਦ ਜੀ ਗੱਲ ਆ ਪਰ ਉੱਥੇ ਗੁਜ਼ਰਲ ਇੱਕ ਸਾਲ ਗਾਡੀ ਤਰਕਿਆ ਦੀ ਕੰਮ ਲੰਦੜਾ ਤਾਂ ਅਸਾਂ ਸਮਝੋ ਤਾਂ ਇਹ ਸਿੰਧ ਦੇ ਖਿਲਾਫ ਜਿਹੜੀ ਘਣਾ ਰੁਖੀ ਸਾਜ਼ਿਸ਼ ਆ ਉਹਨੇ ਮੇ ਪੀਪਲਸ ਪਾਰਟੀ ਬਰਾਬਰ ਜੀ ਸ਼ਰੀਕ ਆ ਪਰ ਸਿੰਧ ਦੇ ਕੌਮੀ ਕਾਰਕੁਨਨ ਸਿੰਧ ਦੇ ਸ਼ਹੂਰ ਐਂ ਸਿੰਧ ਦੇ ਮਾਣੂਨ ਪੰਜੇ ਹਮੇਸ਼ਾ ਜਦੋਂ ਮੈਂ ਉਹਨਾਂ ਤੇ ਉਹਨਾਂ ਦੇ ਵਸੀਲਨ ਦੇ ਖਿਲਾਫ ਲੁੱਟਮਾਰ ਦੀ ਗੱਲ ਕੀਤੀ ਆ ਜਦੋਂ ਮੈਂ ਉਹਨਾਂ ਜੇ ਵਾਦਤ ਦੇ ਖਿਲਾਫ ਗੱਲ ਕੀਤੀ ਆ ਤਦੋਂ ਹਮੇਸ਼ਾ ਸਿੰਧ ਦੇ ਮਾਣੂਨ ਇਜਤਮਾਈ ਸ਼ਹੂਰ ਜੋ ਮੁਜ਼ਾਹਰੋ ਕਿਹਾ ਆ असा सभी जो एकड़ो ही मौकफ आ सिंध जहा बेट सिंध की मिल्कियत उन्हें विक